ਬਈ ਸ਼ੁਰੂਆਤ ਇੱਥੋਂ ਕਰ ਲੈਂਦੇ ਕਿ ਇਸ ਦਾ ਟਾਈਟਲ ਕਿਵੇਂ ਦਿਮਾਗ 'ਚ ਆਇਆ? ਕਲਮਾਂ ਤੋਂ ਤਖਤਾਂ ਤੱਕ ਆਪਣਾ ਜਿਹੜਾ ਮੇਨ ਲਿਖਣ ਦਾ ਪੁਆਇੰਟ ਆਫ ਵਿਊ ਸੀ ਉਹ ਸੀ ਮਤਲਬ ਰਾਜਪਾਲ, ਉਹ ਰਾਜ ਉਪਜਦਾ ਕਲਮ 'ਚੋਂ ਪਰ ਉਹ ਪਹੁੰਚਦਾ ਤਖਤ ਤੱਕ ਵਾਇਆ ਤਲਵਾਰ ਹੋ ਕੇ, ਮਤਲਬ ਸਿੱਧਾ ਕਦੇ ਵੀ ਕਲਮ ਜਾਂ ਗਿਆਨ ਸਿੱਧਾ ਤਖਤ ਤੱਕ ਨਹੀਂ ਪਹੁੰਚਦਾ। ਵੀ ਕਿਤਾਬ ਆਪਾਂ ਗਿਆਨ ਇਕੱਠਾ ਕਰ ਲਿਆ ਪਰ ਗਿਆਨ ਨੂੰ ਵਰਤਾਂਗੇ ਤਲਵਾਰ ਨਾਲ, ਫਿਰ ਕਿਤਾਬ ਸਾਈਡ 'ਤੇ ਕਰਕੇ ਹਥਿਆਰ ਚੱਕ ਕੇ ਜੇ ਤੁਹਾਡੇ ਕੋਲ ਗਿਆਨ ਥੋੜ੍ਹਾ ਜਿਹੜਾ ਹਥਿਆਰ ਆ ਮਤਲਬ ਉਹ ਸਹੀ ਜਗ੍ਹਾ ਵਰਤਿਆ, ਜੇ ਗਿਆਨ ਸਹੀ ਨਹੀਂ ਹੈਗਾ ਸੰਪੂਰਨਤਾ ਗਿਆਨ ਨਹੀਂ ਫਿਰ ਹਥਿਆਰ ਗਲਤ ਜਗ੍ਹਾ ਵਰਤਿਆ। ਇਸ ਕਿਤਾਬ ਦੇ ਵਿੱਚ ਅਜਿਹਾ ਕੀ ਆ ਜਿਹੜਾ ਕਿ ਲੋਕ ਇਸ ਨੂੰ ਪੜ੍ਹਨਾ ਚਾਹੁੰਦੇ? ਅਸਲ 'ਚ ਇਹਦੇ ਵਿੱਚ ਆਪਾਂ ਇਹੀ ਚੀਜ਼ ਲਿਖੀ ਗਈ ਆ ਵੀ ਰਾਜਭਾਗ ਆਉਣਾ ਕਿਵੇਂ ਆ ਅਤੇ ਜੇ ਸਾਡੇ ਕੋਲ ਖੁਸ਼ ਹੈ ਤਾਂ ਗਿਆ। ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਜਿਹੜੀ ਸਿੱਖ ਕੌਮ ਦੀ ਗੱਲ ਕਰਦੇ ਹਾਂ ਉਹ ਤ੍ਰਾਸਦੀ ਵੱਲ ਵੱਧਦੀ ਗਈ, ਉਹਨਾਂ ਅੱਜ ਵੀ ਉਹਨਾਂ ਨੂੰ ਇੱਕ ਤ੍ਰਾਸਦੀ ਲੱਗੀ ਹੋਈ ਹੈ ਕਿ ਸਾਡਾ ਜਿਹੜਾ ਰਾਜ ਆ ਵਾਪਸ ਆ ਜਾਏ। ਅਸਲ 'ਚ ਚੱਕਰ ਕੀ ਸੀ, ਜਿਹੜਾ ਉਹ ਰਾਜ ਸੀ ਨਾ ਮਹਾਰਾਜ ਦਾ, ਉਹਨਾਂ ਨੂੰ ਗੁਰੂ 'ਤੇ ਸ਼ਰਧਾ ਸੀ, ਗੁਰੂ 'ਤੇ ਸ਼ਰਧਾ ਭਾਵਨਾ ਵੀ ਸੀ। ਜੇ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਉੱਚਾ ਸੀ ਰਾਜ ਨਹੀਂ ਸੀ, ਜੇ ਮਤਲਬ ਸਜ਼ਾ ਵੀ ਮਿਲੀ ਹੱਸ ਕੇ ਮਨਜ਼ੂਰ ਕਰੀ। ਦੂਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਰਾਜ ਪਿੱਛੇ ਧਰਮ ਸੀ, ਜਿਹੜੇ ਆਪਾਂ ਮੇਨ ਦੇ ਵਿੱਚ ਚੀਜ਼ ਲਿਖੀ ਹੈ ਨਾ ਆਪਾਂ ਵੀ ਧਰਮੀ ਲੋਕਾਂ ਦੇ ਹੱਥ 'ਚ ਤਾਕਤ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਰਕੇ ਧਰਤੀ 'ਤੇ ਜ਼ੁਲਮ ਨੂੰ ਰੋਕਿਆ ਜਾ ਸਕਦਾ। ਕਹਿੰਦੇ ਕੌਮ ਦੇ ਵਿੱਚ ਪੱਗਾਂ ਦੇ ਵਿੱਚ ਸਿਰ ਬੜਿਆਂ ਨੇ ਫਸਾਇਆ ਪਰ ਪੱਗ ਕੋਈ ਕੋਈ ਬਣਦਾ, ਸਜਾ ਕੇ ਜਿਹੜੀ ਪੱਗ ਦਿਲ ਤੋਂ ਬਣਦਾ ਉਹ ਕੋਈ ਕੋਈ ਬਣਦਾ, ਨਹੀਂ ਤਾਂ ਟੋਪੀ ਦੀ ਤਰ੍ਹਾਂ ਲਾ ਕੇ ਰੱਖ ਦਿੰਦੇ ਨੇ, ਫਿਰ ਸਵੇਰੇ ਉੱਠਣ ਸਾਰ ਟੋਪੀ ਦੀ ਤਰ੍ਹਾਂ ਪਹਿਨ ਲੈਂਦੇ ਨੇ। ਤੇਰਿਆਂ ਹੀ ਕੌਤਕਾਂ 'ਚੋਂ ਕਰਾਮਾਤ ਨਿਕਲੀ, ਪੱਗ ਉਦੋਂ ਬਣ ਕੇ ਤਾਜ ਨਿਕਲੀ, ਬਣ ਮਜ਼ਲੂਮਾਂ ਦੀ ਆਵਾਜ਼ ਨਿਕਲੀ, ਜਿਹੜੀ ਤੇਰੇ ਮਹਿਨਾਂ 'ਚੋਂ ਕਿਰਪਾ ਨਿਕਲੀ। ਇੰਡੋਜ਼ ਟੀ ਵੀ ਦੇ ਨਾਲ ਇੱਕ ਵਾਰ ਫਿਰ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਸਾਨੂੰ ਮਿਲ ਜਾਂਦੇ ਨੇ। ਜੀ ਹਾਂ, ਅੱਜ ਅਸੀਂ ਇੱਕ ਵਿਸ਼ੇਸ਼ ਅਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਸਾਡੇ ਨਾਲ ਬਾਈ ਗਗਨ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਨੇ, ਪਰ ਐਡਵੋਕੇਟ ਕਿੱਤੇ ਤੋਂ ਥੋੜ੍ਹਾ ਜਿਹਾ ਪਾਸੇ ਹੋ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਬੜਾ ਪਿਆਰ ਕਰਦੇ ਨੇ। ਮੇਰੇ ਹੱਥ ਦੇ ਵਿੱਚ ਕਿਤਾਬ ਦੇਖ ਸਕਦੇ ਹੋ, ਕਲਮਾਂ ਤੋਂ ਤਖਤਾਂ ਤੱਕ, ਇਹ ਕਿਤਾਬ ਆ ਜਿਹੜੀ ਬਾਈ ਦੀ ਰਿਲੀਜ਼ ਹੋਈ ਆ। ਕਾਫੀ ਦਿਨਾਂ ਤੋਂ ਜਿਹੜੀ ਕਿ ਗੱਲਬਾਤ ਹੋ ਰਹੀ ਸੀ ਸਾਡੀ ਕਿ ਅਸੀਂ ਮਿਲਣਾ ਬਾਈ ਨੂੰ ਅਤੇ ਮੁਲਾਕਾਤ ਕਰਨੀ ਆ ਇੱਕ, ਇਹ ਮੁਲਾਕਾਤ ਇੱਕ ਖਾਸ ਆ ਕਿਉਂਕਿ ਖਾਸ ਮੁਲਾਕਾਤ ਉਸ ਕੌਮ ਦੇ ਲਈ ਆ, ਉਸ ਲੋਕਾਂ ਦੇ ਲਈ ਆ ਜਿਹੜੇ ਆਪਣੇ ਆਪ ਨੂੰ ਗੁਲਾਮ ਕਹਾ ਰਹੇ ਨੇ, ਗੁਲਾਮੀ ਦਾ ਅਹਿਸਾਸ ਹੋ ਰਿਹਾ ਜਿਨ੍ਹਾਂ ਲੋਕਾਂ ਨੂੰ, ਉਹਨਾਂ ਦੇ ਲਈ ਇਹ ਮੁਲਾਕਾਤ ਆ। ਤਾਂ ਅਸੀਂ ਬਾਈ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਾਈ ਸ਼ੁਰੂਆਤ ਇੱਥੋਂ ਕਰ ਲੈਂਦੇ ਕਿ ਇਸ ਦਾ ਟਾਈਟਲ ਕਿਵੇਂ ਦਿਮਾਗ 'ਚ ਆਇਆ? ਕਲਮਾਂ ਤੋਂ ਤਖਤਾਂ ਤੱਕ ਆਪਣਾ ਜਿਹੜਾ ਮੇਨ ਲਿਖਣ ਦਾ ਪੁਆਇੰਟ ਆਫ ਵਿਊ ਸੀ ਉਹ ਸੀ ਮਤਲਬ ਰਾਜਭਾਗ, ਕੌਮਾਂ ਦਾ ਰਾਜਭਾਗ, ਮਤਲਬ ਰਾਜ ਵੀ ਦੋ ਤਰ੍ਹਾਂ ਦਾ, ਇੱਕ ਤਾਂ ਮਤਲਬ ਇੱਕੋ ਕੌਮ ਰਾਜ ਕਰ ਰਹੀ ਆ ਵਾਰ ਵਾਰ ਰਿਪੀਟ ਹੋ ਕੇ, ਪਰ ਉਹ ਰਾਜ ਇੱਕ ਕੌਮ ਦਾ, ਇੱਕ ਕੌਮ ਤੋਂ ਕੌਮ ਰਾਜ ਕਨਵਰਟ ਹੋ ਰਿਹਾ ਜਿਹੜਾ ਕਿ ਮਤਲਬ ਖੂਨ ਖਰਾਬੇ ਤੋਂ ਬਿਨਾਂ ਨਹੀਂ ਹੁੰਦਾ, ਉਹਨਾਂ ਅੱਜ ਤੱਕ ਕਦੇ ਵੀ ਨਹੀਂ ਹੋਇਆ। ਉਹ ਰਾਜ ਉਪਜਦਾ ਕਲਮ 'ਚੋਂ ਪਰ ਉਹ ਪਹੁੰਚਦਾ ਤਖਤ ਤੱਕ ਵਾਇਆ ਤਲਵਾਰ ਹੋ ਕੇ, ਮਤਲਬ ਸਿੱਧਾ ਕਦੇ ਵੀ ਕਲਮ ਜਾਂ ਗਿਆਨ ਸਿੱਧਾ ਤਖਤ ਤੱਕ ਨਹੀਂ ਪਹੁੰਚਦਾ, ਉਹਨੂੰ ਪਹੁੰਚਣ ਵਾਸਤੇ ਤਲਵਾਰ ਚਾਹੀਦੀ ਆ। ਬਿਲਕੁਲ, ਜੇ ਆਪਾਂ ਕਹਿ ਦਈਏ ਜਿਵੇਂ ਆਮ ਕਹਾਵਤ ਆ ਵੀ ਕਿਤਾਬਾਂ ਜਦੋਂ ਹੱਥ ਚਾਹੇ ਮਤਲਬ ਹਥਿਆਰ ਥੱਲੇ ਧਰ ਜਾਂਦੀਆਂ, ਪਰ ਜਿਹੜੀ ਅਸਲ ਗੱਲ ਹੁੰਦੀ ਆ ਵੀ ਕਿਤਾਬ ਆਪਾਂ ਗਿਆਨ ਇਕੱਠਾ ਕਰ ਲਿਆ ਪਰ ਗਿਆਨ ਨੂੰ ਵਰਤਾਂਗੇ ਤਲਵਾਰ ਰਾਹੀਂ, ਫਿਰ ਕਿਤਾਬ ਸਾਈਡ 'ਤੇ ਧਰ ਕੇ ਹਥਿਆਰ ਚੱਕ ਕੇ ਜੇ ਤੁਹਾਡੇ ਕੋਲ ਗਿਆਨ ਥੋੜ੍ਹਾ ਜਿਹੜਾ ਹਥਿਆਰ ਆ ਮਤਲਬ ਉਹ ਸਹੀ ਜਗ੍ਹਾ ਵਰਤਿਆ ਜਾਓ, ਜੇ ਗਿਆਨ ਸਹੀ ਨਹੀਂ ਹੈਗਾ ਸੰਪੂਰਨਤਾ ਗਿਆਨ ਨਹੀਂ ਹੈ ਫਿਰ ਹਥਿਆਰ ਗਲਤ ਜਗ੍ਹਾ ਵਰਤਿਆ ਜਾਓ। ਬਈ ਜੇਕਰ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ, ਆਪਾਂ ਚੱਲ ਵੀ ਲਈਏ ਨਾਲ ਨਾਲ, ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਅਜਿਹਾ ਕੁਛ ਵਾਪਰਿਆ ਜਿਹੜਾ ਕਿ ਪੰਜਾਬ ਹਮੇਸ਼ਾ ਉਸ ਚੀਜ਼ ਨੂੰ ਫਰੋਲਦਾ ਰਹਿੰਦਾ, ਆਪਣੀ ਮਿੱਟੀ ਆ ਜਿਹੜੀ ਉਹ ਫਰੋਲਦਾ ਰਹਿੰਦਾ। ਇੱਕ ਕਹਾਵਤ ਆ ਕਿ ਮਿੱਟੀ ਨਾ ਫਰੋਲ ਜੋਗਿਆ ਨਹੀਂ ਉਹ ਲੱਭਣੇ ਨਾਲ ਗਵਾਚੇ, ਪਰ ਪੰਜਾਬ ਨੂੰ ਮਿੱਟੀ ਫਰੋਲਣੀ ਪੈਣੀ ਆ। ਇਸ ਕਿਤਾਬ ਦੇ ਵਿੱਚ ਅਜਿਹਾ ਕੀ ਆ ਜਿਹੜਾ ਕਿ ਲੋਕ ਇਸ ਨੂੰ ਪੜ੍ਹਨਾ ਚਾਹੁਣ? ਅਸਲ 'ਚ ਇਹਦੇ ਵਿੱਚ ਆਪਾਂ ਇਹੀ ਚੀਜ਼ ਲਿਖੀ ਗਈ ਆ ਵੀ ਰਾਜਭਾਗ ਆਉਣਾ ਕਿਵੇਂ ਆ ਅਤੇ ਜੇ ਸਾਡੇ ਕੋਲ ਖੁਸ਼ ਹੈ ਤਾਂ ਗਿਆ ਕਿਵੇਂ, ਜਿਹੜੀ ਮੇਨ ਚੀਜ਼ ਆ। ਪਹਿਲਾਂ ਮਤਲਬ ਆਪਾਂ 12 ਦੇ ਰੂਪ 'ਚ ਵੀਰ ਰਸ ਵਾਲੀਆਂ 12 ਦੇ ਰੂਪ 'ਚ ਆਪਾਂ ਇਤਿਹਾਸ ਲਿਖਿਆ 18ਵੀਂ ਸਦੀ ਦਾ, ਗੁਰੂਆਂ ਦਾ ਪਹਿਲਾਂ ਦਾ ਅਤੇ ਹੁਣ ਤੱਕ ਦਾ, ਕੀ ਮਤਲਬ ਆਪਣੇ ਨਾਲ ਲਾਹੌਰ ਮਤਲਬ ਤਖ਼ਤ ਲਾਹੌਰ ਗਿਆ ਕਿਵੇਂ ਆਇਆ ਕਿਵੇਂ, ਜਿਹੜੀ ਇਹ ਚੀਜ਼ ਆ। ਫਿਰ ਆਪਾਂ ਵਿਚਾਰ ਲਿਖੇ ਨੇ ਜਿਹੜੇ ਕਿ ਮਤਲਬ ਰਾਜਭਾਗ ਨੂੰ ਡਿਫਾਈਨ ਕਰਦੇ ਨੇ। ਬਿਲਕੁਲ, ਵੀ ਤਾਕਤ ਆਊ ਕੀ, ਤਾਕਤ ਅਸਲ 'ਚ ਚੀਜ਼ ਕੀ ਆ। ਜਿਵੇਂ ਮਤਲਬ ਇੱਕ ਚੀਜ਼ ਲਿਖੀ ਸੀ ਮੈਂ ਵੀ ਜਿਹੜੀ ਤਾਕਤ ਆ
ਇਹ ਪਾਣੀ ਮੰਗੂ ਹੁੰਦੀ ਆ। ਜਿਵੇਂ ਤੁਹਾਡੀ ਮੁੱਠੀ 'ਚ ਪਾਣੀ ਆਇਆ ਅਤੇ ਮੁੱਠੀ ਮਿਚ ਗਈ ਪਾਣੀ, ਮੁੱਠੀ ਖਾ ਲਈ। ਜਿਹੜੀ ਪਾਵਰ ਨੂੰ ਲੋਕ ਜੱਫੇ ਪਾਉਂਦੇ ਨੇ ਨਾ ਵੀ ਆਹ ਵੀ ਮੇਰਾ ਹੋ ਜਾਏ, ਇਹ ਮੇਰਾ ਹੋ ਜਾਏ, ਉਹ ਤੋਂ ਬਾਅਦ ਕੀ ਨਤੀਜਾ ਕੀ ਨਿਕਲਦਾ? ਉਹ ਜਿੰਨਾ ਕੁਛ ਹੁੰਦਾ ਉਹਦੇ ਖਤਮ ਮਤਲਬ ਹੋ ਜਾਂਦਾ। ਇਹ ਜਿਹੜੇ ਤਾਕਤ 'ਤੇ ਬੈਠੇ ਨੇ ਉਹਨਾਂ ਵਾਸਤੇ ਹੈ ਚੀਜ਼, ਜਿਨ੍ਹਾਂ ਨੇ ਮਤਲਬ ਤਾਕਤ ਤੱਕ ਸਾਂਭਣੀ ਆ ਤਾਕਤ। ਜਦੋਂ ਅਸੀਂ ਇਹ ਕਿਤਾਬ ਪੜ੍ਹ ਰਹੇ ਸੀ ਤਾਂ ਇਸ ਦੇ ਵਿੱਚ ਇੱਕ ਲਾਈਨ ਬਾਈ ਨੇ ਬੜੀ ਸੋਹਣੀ ਲਿਖੀ ਹੈ ਕਿ ਜਿਹੜੇ ਅਧਿਆਪਕ ਹੁੰਦੇ ਨੇ ਉਹ ਖਤਰੇ ਹੁੰਦੇ ਨੇ ਅਤੇ ਉਸ ਤੋਂ ਬਾਅਦ ਖਤਰਿਆਂ ਤੋਂ ਪਾਰ ਕਰਦੇ ਕਰਦੇ ਸਟੂਡੈਂਟ ਇੱਕ ਮੰਜ਼ਿਲ 'ਤੇ ਪਹੁੰਚਦੇ ਨੇ। ਉਸਦਾ ਮਤਲਬ ਵੀ ਇਹ ਆ ਬਾਈ, ਉਹ ਲਾਈਨ ਕਿਵੇਂ ਦਿਮਾਗ 'ਚ ਆਈ? ਤਾਕਤ ਲਾਹੌਰ ਇਸ ਦੇ ਵਿੱਚ ਲਿਖਿਆ ਪਿਆ ਪੂਰਾ। ਅੱਜ ਕੱਲ੍ਹ ਨਾ ਆਪਾਂ ਦੇਖਦੇ ਹਾਂ ਜ਼ਿਆਦਾਤਰ ਹਰ ਬੰਦਾ ਨਾ ਬੋਲਣਾ ਹਰ ਬੰਦਾ ਚਾਹੁੰਦਾ ਵਾ, ਮਤਲਬ ਜਿਹੜੀ ਸੁਣਨ ਦੀ ਸ਼ਮਤਾ ਉਹ ਘੱਟ ਆ। ਇਹਦਾ ਮਤਲਬ ਕਿ ਅੱਜ ਕੱਲ੍ਹ ਅਧਿਆਪਕ ਹਰ ਬਣ ਰਿਹਾ, ਮਤਲਬ ਵਿਦਿਆਰਥੀ ਕੋਈ ਨਹੀਂ ਬਣ ਰਿਹਾ। ਅਸਲ 'ਚ ਕੀ ਚੀਜ਼, ਜਿਹੜਾ ਯੋਗ ਵਿਦਿਆਰਥੀ ਆ ਉਹੀ ਇੱਕ ਦਿਨ ਕਾਬਲ ਅਧਿਆਪਕ ਸਿੱਧ ਹੁੰਦਾ। ਕੁਛ ਬਣਨ ਵਾਸਤੇ ਤੁਹਾਡੀ ਮਤਲਬ ਜਿਹੜੀ ਨੀਂਹ ਸਟਰੋਂਗ ਤਾਂ ਹੋਊ ਨਾ, ਜੇ ਮਤਲਬ ਤੁਹਾਡੇ ਕੋਲ ਉਨੀ ਕਾਬਲੀਅਤ ਹੋਊਗੀ। ਕਾਬਲੀਅਤ ਕਿਸ ਤਰ੍ਹਾਂ ਹੁੰਦੀ ਆ? ਹੱਠ ਕਰਕੇ, ਤਪ ਕਰਕੇ। ਤਪ ਕੀ ਆ? ਰੈਗੂਲਰ ਕਿਸੇ ਕੰਮ 'ਚ ਮਿਹਨਤ ਕਰਨੀ, ਕੰਟੀਨਿਊਟੀ ਕਿਸੇ ਕੰਮ 'ਚ, ਔਰ ਡਿਸਿਪਲਿਨ ਨਾਲ, ਉਹਨੂੰ ਹੀ ਆਪਾਂ ਮਤਲਬ ਮਿਹਨਤ ਕਹਿੰਦੇ ਹਾਂ। ਉਹ ਰੈਗੂਲਰ ਜਦੋਂ ਤੁਹਾਡੇ ਕੋਲ ਆਉਂਦੀ ਆ, ਜੋ ਸੰਪੂਰਨਤਾ ਹੁੰਦਾ ਗਿਆਨ ਲਈ, ਫਿਰ ਮਤਲਬ ਤੁਸੀਂ ਕਿਸੇ ਕੰਮ ਦੇ ਯੋਗ ਹੁੰਦੇ ਹੋ। ਜਦੋਂ ਕਿਸੇ ਕਿੱਤੇ ਦੇ ਯੋਗ ਹੁੰਦੇ ਹੋ, ਫਿਰ ਉਹ ਚੀਜ਼ ਤੁਹਾਡੀ ਮਤਲਬ ਸੰਪੂਰਨਤਾ ਵੱਲ ਵੱਧਦੀ। ਜਿਵੇਂ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਜਿਹੜੀ ਸਿੱਖ ਕੌਮ ਦੀ ਗੱਲ ਕਰਦੇ ਹਾਂ, ਉਹ ਤ੍ਰਾਸਦੀ ਵੱਲ ਵੱਧਦੀ ਗਈ। ਉਹਨਾਂ ਅੱਜ ਵੀ ਉਹਨਾਂ ਨੂੰ ਇੱਕ ਤ੍ਰਾਸਦੀ ਲੱਗੀ ਹੋਈ ਹੈ ਕਿ ਸਾਡਾ ਜਿਹੜਾ ਰਾਜ ਆ ਉਹ ਵਾਪਸ ਆ ਜਾਏ। ਕੋਈ ਵੀ ਮੁੱਖ ਮੰਤਰੀ ਆਉਂਦਾ, ਕੋਈ ਵੀ ਸਰਕਾਰ ਬਣਦੀ ਆ, ਹਰੇਕ ਆ ਕੇ ਵਾਅਦੇ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਦੇ ਦੇਣਗੇ। ਲੱਗਦਾ ਵੀ ਉਹ ਰਾਜ ਵਾਪਸ ਆਊਗਾ? ਅਸਲ 'ਚ ਚੱਕਰ ਕੀ ਸੀ, ਜਿਹੜਾ ਰਾਜ ਸੀ ਨਾ ਮਹਾਰਾਜ ਦਾ, ਉਹਨਾਂ ਨੂੰ ਗੁਰੂ 'ਤੇ ਸ਼ਰਧਾ ਸੀ, ਗੁਰੂ 'ਤੇ ਸ਼ਰਧਾ ਭਾਵਨਾ ਵੀ ਸੀ। ਜੇ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਉੱਚਾ ਸੀ, ਰਾਜ ਨੀਵਾਂ ਸੀ, ਜੇ ਮਤਲਬ ਸਜ਼ਾ ਵੀ ਮਿਲੀ ਫਸ ਕੇ ਮਨਜ਼ੂਰ ਕਰੀ, ਤਾਂ ਮਤਲਬ ਇਹ ਨਹੀਂ ਸੀ ਮਤਲਬ ਸਜ਼ਾ ਨੂੰ ਆਨੇ ਬਹਾਨੇ ਟਾਲਣ ਦੀ ਕੋਸ਼ਿਸ਼ ਨਹੀਂ ਕਰੀ। ਦੂਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਰਾਜ ਪਿੱਛੇ ਧਰਮ ਸੀ, ਜਿਹੜੇ ਆਪਾਂ ਮੇਨ ਦੇ ਵਿੱਚ ਚੀਜ਼ ਲਿਖੀ ਹੈ ਨਾ ਆਪਾਂ, ਵੀ ਧਰਮੀ ਲੋਕਾਂ ਦੇ ਹੱਥ 'ਚ ਤਾਕਤ ਹੋਣੀ ਬਹੁਤ ਜ਼ਰੂਰੀ ਆ, ਤਾਂ ਕਰਕੇ ਧਰਤੀ 'ਤੇ ਜ਼ੁਲਮ ਨੂੰ ਰੋਕਿਆ ਜਾ ਸਕੇ। ਜ਼ੁਲਮ ਉਹ ਮਤਲਬ ਔਗਣਾਂ ਦਾ ਸਰਦਾਰ ਆ, ਇਹ ਉਹ ਚੀਜ਼ ਆ ਜਿਹੜੀ ਕੌਮਾਂ ਦੇ ਰਾਜ ਭਾਗ ਨੂੰ ਤਬਾਹ ਕਰ ਦਿੰਦੀ ਆ। ਜੇ ਸਿੱਖਾਂ ਦਾ ਰਾਜ ਆਇਆ, ਜਿਹੜੇ ਤੋਂ ਪਹਿਲਾਂ ਰਾਜ ਉਹ ਜ਼ੁਲਮੀ ਹੋਏ ਤਾਂ ਸਿੱਖ ਆਏ, ਜੇ ਸਿੱਖਾਂ ਦਾ ਰਾਜ ਗਿਆ ਤਾਂ ਸਾਡੀ ਜਿਹੜੀ ਮਤਲਬ ਮਾਨਸਿਕਤਾ ਉਹ ਉਸ ਸਮੇਂ ਜਦੋਂ ਰਾਜ ਗਿਆ ਲਾਹੌਰ ਦਾ ਜ਼ੁਲਮ ਵਾਲੀ ਹੋ ਗਈ ਸੀ, ਤਾਂ ਹੀ ਮਤਲਬ ਆਪਣਾ ਰਾਜ ਗਿਆ, ਤਾਂ ਹੀ ਅੱਜ ਆਹ ਚੀਜ਼ਾਂ ਮਤਲਬ ਆਪਾਂ ਭੁਗਤ ਰਹੇ ਹਾਂ। ਕਹਿੰਦੇ ਕੌਮ ਦੇ ਵਿੱਚ ਪੱਗਾਂ ਦੇ ਵਿੱਚ ਸਿਰ ਬੜਿਆਂ ਨੇ ਫਸਾਏ ਆ, ਪਰ ਪੱਗ ਕੋਈ ਕੋਈ ਬਣਦਾ, ਸਜਾ ਕੇ ਜਿਹੜੀ ਪੱਗ ਦਿਲ ਤੋਂ ਬਣਦਾ ਉਹ ਕੋਈ ਕੋਈ ਬਣਦਾ, ਨਹੀਂ ਤਾਂ ਟੋਪੀ ਦੀ ਤਰ੍ਹਾਂ ਲਾ ਕੇ ਰੱਖ ਦਿੰਦੇ ਨੇ, ਫਿਰ ਸਵੇਰੇ ਉੱਠਣ ਸਾਰ ਟੋਪੀ ਦੀ ਤਰ੍ਹਾਂ ਪਹਿਨ ਲੈਂਦੇ ਨੇ। ਅਜਿਹਾ ਵੀ ਕੁਛ ਜਿਹੜਾ ਕਿ ਤ੍ਰਾਸਦੀ ਮੰਨ ਸਕਦੇ ਹਾਂ ਕਿ ਸਾਡੇ ਰਾਜ ਦੀ ਜਾਣ ਦੀ ਤੇਰਿਆਂ ਹੀ ਕੌਤਕਾਂ 'ਚੋਂ ਕਰਾਮਾਤ ਨਿਕਲੀ, ਪੱਗ ਉਦੋਂ ਬਣ ਕੇ ਤਾਜ ਨਿਕਲੀ, ਬਣ ਮਜ਼ਲੂਮਾਂ ਦੀ ਆਵਾਜ਼ ਨਿਕਲੀ, ਜਿਹੜੀ ਤੇਰੇ ਮੈਨਾਂ 'ਚੋਂ ਕਿਰਪਾਨ ਨਿਕਲੀ। ਬਿਲਕੁਲ, ਦਸਵੇਂ ਪਾਤਸ਼ਾਹ ਨੇ ਜੇ ਸਾਨੂੰ ਪੱਗ ਬਖਸ਼, ਅਸਲ 'ਚ ਤੁਹਾਨੂੰ ਮੈਂ ਦੱਸਦਾ ਪੱਗ ਚੀਜ਼ ਕੀ ਹੈ। ਪੱਗ ਦਾ ਮਤਲਬ ਆਪਣੇ ਇਹ ਰਾਜ ਭਾਗ ਦਾ ਪ੍ਰਤੀਕ ਆ। ਬਿਲਕੁਲ, ਪੱਗ ਜਿਹੜੀ ਕਲੰਗੀ ਆ, ਕਲੰਗੀ ਰਾਜ ਰਾਜੇ 'ਤੇ ਲੱਗੀ ਹੁੰਦੀ ਆ, ਜੇ ਕਿਸੇ ਬੰਦੇ 'ਤੇ ਪੱਗ ਨਹੀਂ ਬਣਨੀ ਸਿਰ 'ਤੇ, ਮੰਨ ਲਓ ਉਹ ਕਲੰਗੀ ਲਾ ਲਓ, ਟੋਪੀ 'ਤੇ ਕਲੰਗੀ ਨਹੀਂ ਲੱਗਦੀ। ਹੁਣ ਆਪਣੀ ਪੱਗ ਬੰਨੀ ਆ, ਇਹ ਆਪਣੇ ਨੈਚੁਰਲੀ ਆ, ਕਿਸੇ ਵੀ ਬੰਦੇ ਦੇ ਸਿਰ 'ਤੇ ਕਲੰਗੀ ਲੱਗ ਸਕਦੀ ਆ। ਇਹ ਮਹਾਰਾਜ ਦੇ ਮਤਲਬ ਬਹੁਤ ਡੂੰਘੇ ਮਤਲਬ ਕਨਸੈਪਟ ਸੀ ਇਹ। ਪੱਗ ਹੀ ਕਿਉਂ ਦਿੱਤੀ, ਤੁਸੀਂ ਇਹ ਸੋਚੋ ਵੀ ਦਸਵੇਂ ਪਾਤਸ਼ਾਹ ਨੇ ਸਾਨੂੰ ਪੱਗ ਦਸਤਾਰ ਕਿਉਂ ਦਿੱਤੀ? ਕੋਈ ਹੋਰ ਚੀਜ਼ ਵੀ ਦੇ ਸਕਦੇ ਸੀ, ਮਤਲਬ ਸਿਰ ਢੱਕ ਨਹੀਂ ਸੀ, ਸਿਰ ਢੱਕਣ ਵਾਸਤੇ ਕੋਈ ਹੋਰ ਚੀਜ਼ ਵੀ ਦੇ ਸਕਦੇ ਸੀ, ਪਰ ਉਹਨੇ ਦਮਾਲੇ ਪੱਗ ਇਹ ਚੀਜ਼ਾਂ ਕਿਉਂ ਦਿੱਤੀਆਂ? ਜਿਵੇਂ ਆਪਾਂ ਗੱਲ ਕਰੀਏ ਬਈ ਪੰਜਾਬ ਦੀ ਵਿਰਾਸਤ ਦੇ ਉੱਪਰ, ਪੰਜਾਬ ਪੁਰਾਣਾ ਪੰਜਾਬ, ਵਿਰਾਸਤ ਸੰਧੂ ਦੇ ਗੀਤ ਆਏ ਤਿੰਨ ਚਾਰ, ਜਿਹੜੇ ਕਿ ਇੱਕ ਇਤਿਹਾਸ ਨੂੰ ਦਰਸਾਉਂਦੇ ਨੇ, ਉਸ ਦੇ ਵਿੱਚ ਕਾਫੀ ਕੁਛ ਸਾਹਮਣੇ ਆਇਆ ਜਿਹੜਾ ਕਿ ਲਿਖਿਆ ਹੈਗਾ, ਜਿਵੇਂ ਕਿ ਉਹਦਾ ਕਫਨ ਪਾੜ ਕੇ ਮੌਤ ਦਾ ਇੱਕ ਸੂਰਮਾ ਉੱਠਿਆ ਜਿਹੜਾ ਮੁਗੋਲਾਂ ਦੇ ਬਾਰਡਰ ਟੱਪਦਾ ਸੀ, ਇਹ ਕੁਛ ਕਾਫੀ ਉਸ ਗੀਤਾਂ ਦੇ ਵਿੱਚ ਲਿਖਿਆ ਗਿਆ। ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਨਗਾਰਾ ਵੱਜਦਾ ਸੀ ਤਾਂ ਪਹਾੜਾਂ ਦੇ ਵਿੱਚ ਤਖ਼ਤ ਸੀ ਜਿਹੜੇ ਉਹ ਹੱਲ ਜਾਂਦੇ ਸੀ, ਅਤੇ ਅੱਜ ਉਹ ਕਨਸੈਪਟ ਖਤਮ ਹੁੰਦਾ ਜਾ ਰਿਹਾ। ਕਾਰਨ ਵੀ ਅਸਲ 'ਚ ਜੋ ਲੱਗ ਰਿਹਾ ਨਾ, ਮਤਲਬ ਜੇ ਜਿਹੜਾ ਰਾਜ ਭਾਗ ਆ ਬਖਸ਼ਣਾ ਕੀ ਨਹੀਂ ਆ, ਉਹ ਪਰਮੇਸ਼ਰ ਨਹੀਂ ਬਖਸ਼ਣਾ। ਬਿਲਕੁਲ, ਕਿਸੇ ਵੀ ਕੌਮ ਕੋਲ ਰਾਜ ਅੱਜ ਮੰਨ ਲਓ ਪਹਿਲੇ ਇਦੋਂ ਪਹਿਲਾਂ ਕਿਸੇ ਵੀ ਕੌਮ ਕੋਲ ਉਹ ਕਿਹਨੇ ਰਾਜ ਬਖਸ਼ਿਆ ਸੀ? ਪਰਮੇਸ਼ਰ ਨੇ। ਜੇ ਆਪਾਂ ਕਹੀਏ ਵੀ ਉਹ ਕੌਮਾਂ ਦੀ ਮਿਹਨਤ ਸਦਕਾ ਜਾਂ ਉਹ ਕੌਮਾਂ ਦੀ ਮਤਲਬ ਹੁਸ਼ਿਆਰੀ ਕਰਕੇ ਰਾਜ ਹੈਗਾ, ਮਤਲਬ ਕਾਮਯਾਬੀ ਕਰਕੇ। ਜਦੋਂ ਮਤਲਬ ਹਜ਼ਾਰ ਹਜ਼ਾਰ ਸਾਲ ਪਹਿਲਾਂ ਗੁਲਾਮ ਸੀ, ਉਦੋਂ ਰਾਜ ਕਿਉਂ ਨਾ ਆਇਆ? ਮਤਲਬ ਉਦੋਂ ਮਤਲਬ ਆਪਦਾ ਦਿਮਾਗ ਵਰਤ ਲੈਣਾ ਸੀ ਉਹ ਵਰਤ, ਹੈ ਨਾ? ਇਹ ਤਾਂ ਮਤਲਬ ਆਪਣੇ ਤਾਂ ਬੰਦੇ 'ਤੇ ਤਾਂ ਮਤਲਬ ਇਹ ਛਲਾਵੇ ਨਹੀਂ ਵੀ ਮੈਂ ਕਰ ਲਿਆ ਕਰ ਲਿਆ, ਰਾਜ ਬਖਸ਼ਣਾ ਪਰਮੇਸ਼ਰ ਨੇ।
ਖੂਹ ਦਾ ਰਾਜ ਕੌਣ? ਜਦੋਂ ਕੋਈ ਵੀ ਕੌਮ ਜ਼ੁਲਮੀ ਹੋ ਜ਼ੁਲਮ ਕਰਨ ਲੱਗ ਜਾਂਦੀ ਆ, ਰਾਜ ਖੋਇਆ ਕਿਤੇ ਜਾਂਦਾ? ਪਰਮੇਸ਼ਰ ਦਾ। ਮੁਗਲਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ, ਬਾਬਰ ਜਦੋਂ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਬਖਸ਼ਿਆ ਸੀ ਉਹਨਾਂ ਨੂੰ ਉਹਨਾਂ ਨੂੰ। ਅਤੇ ਜਦੋਂ ਆਪਾਂ ਇਤਿਹਾਸ ਵੀ ਸੁਣਦੇ ਹਾਂ ਨਾ, ਵੀ ਬਾ ਉਹਨੂੰ ਬਾਬਰ ਨੂੰ ਬਖਸ਼ਿਆ ਨਾ, ਬਾਬਰ ਨੂੰ ਕਹਿੰਦੇ ਵੀ ਇੰਨਾ ਟਾਈਮ ਖੋਣਾ, ਬਾਬਰਾਂ ਦਾ ਵੀ ਜੇ ਤੁਸੀਂ ਰਾਜ ਮੈਥੋਂ ਖੋ ਹੋਵੋਗੇ ਇਹਦਾ ਮੈਂ ਥੁੱਕ ਕੇ ਚੱਕਣ ਵਾਲੀ ਗੱਲ ਹੋ ਜੂ। ਗੁਰੂ ਨਾਨਕ ਪਾਤਸ਼ਾਹ ਦੇ ਵੀ ਇਹ ਥੁੱਕ ਕੇ ਨਹੀਂ ਚੱਟਣਾ, ਪਰ ਸਾਡਾ ਅਸੀਂ ਜੇ ਖੋਹਿਆ ਰਾਜ ਸਾਡਾ ਸਿਰ ਦੇ ਕੇ ਖੋਹਿਆ ਜਾਊ, ਮਤਲਬ ਸ਼ਹੀਦੀ ਹੋਈ ਪੰਜਵੇਂ ਪਾਤਸ਼ਾਹ ਦੀ, ਨੌਵੇਂ ਪਾਤਸ਼ਾਹ ਦੀ, ਫਿਰ ਉਹਨਾਂ ਦਾ ਰਾਜ ਖੁੱਸਿਆ। ਮਤਲਬ ਇਹ ਜੇ ਪਾਤਸ਼ਾਹ ਨੇ ਕਿਸੇ ਨੂੰ ਚੀਜ਼ ਬਖਸ਼ੀ ਆ ਨਾ, ਜਦੋਂ ਕੌਮਾਂ 'ਚ ਇੰਨਾ ਮਤਲਬ ਜ਼ੁਲਮ ਦਾ ਘੜਾ ਭਰ ਗਿਆ ਤਾਂ ਮਤਲਬ ਉਹਦਾ ਫੁੱਟਿਆ। ਬਾਰਸ਼ ਸ਼ਾਹ ਨੇ ਬੜਾ ਸੋਹਣਾ ਲਿਖਿਆ ਕਿ ਜਿਹੜਾ ਹੀਰ ਵੀ ਉਹ ਦਰਸਾਉਂਦੇ ਨੇ, ਉਸ ਤੋਂ ਬਾਅਦ ਬੜਾ ਕੁਛ ਲਿਖਦੇ ਨੇ, ਫਿਰ ਮੁਹੰਮਦ ਸ਼ਾਹ ਦੇ ਵੱਲੋਂ ਬੜਾ ਕੁਛ ਲਿਖਿਆ ਜਾਂਦਾ, ਸ਼ਾਹ ਮੁਹੰਮਦ ਦੇ ਵੱਲੋਂ ਜਿਵੇਂ ਜੰਗਨਾਮੇ ਲਿਖੇ ਜਾਂਦੇ ਨੇ, ਉਸ ਦੇ ਵਿੱਚ ਕਿਹਾ ਜਾਂਦਾ ਕਿ ਸ਼ਾਹ ਮੁਹੰਮਦ ਆਖਰ ਹੋਏਗਾ ਸੋਈ ਜੋ ਕਰੇਗਾ ਖਾਲਸਾ ਪੰਥ ਮੀਆਂ। ਜਦੋਂ ਫਿਰੋਜ਼ ਸ਼ਾਹ ਦੀ ਜੰਗ ਹੁੰਦੀ ਆ, ਉੱਥੇ ਵੀ ਆਪਦੇ ਪਿੱਠ ਦਿਖਾ ਜਾਂਦੇ ਆ, ਮੁਦਕੀ ਦੇ ਸਭਰਾਵਾਂ ਦੀਆਂ ਜੰਗਾਂ ਵੇਲੇ ਵੀ ਆਪਦੇ ਪਿੱਠ ਦਿਖਾ ਜਾਂਦੇ ਆ। ਉੱਥੇ ਤ੍ਰਾਸਤੀ ਆਉਂਦੀ ਆ ਕੌਮ ਦੀ, ਜਿਹੜਾ ਤਾਕਤ ਲਾਹੌਰ, ਉਸ ਨੂੰ ਲੁੱਟਿਆ ਜਾਂਦਾ, ਮਹਾਰਾਜਾ ਦਲੀਪ ਸਿੰਘ ਨੂੰ ਲੈ ਜਾਂਦੇ ਨੇ ਫੜ ਕੇ ਗੋਰੇ। ਤੁਸੀਂ ਇਸ ਦੇ ਵਿੱਚ ਕਾਫੀ ਕੁਛ ਬਿਆਨ ਕੀਤਾ ਅਜਿਹਾ। ਇਹ ਮੈਨੂੰ ਲੱਗਣ ਮਨ ਇੱਕਵਾਂ ਚੀਜ਼ ਲਿਖੀ ਸੀ ਇਹਦੇ ਵਿੱਚ ਵੀ ਜਿਹੜੀਆਂ ਬਹਾਦਰ ਕੌਮਾਂ ਹੁੰਦੀਆਂ ਉਹਦੇ ਵਿੱਚ ਯੋਧੇ ਅਤੇ ਗਦਾਰ ਦੋਨੀ ਪੈਦਾ ਹੁੰਦੇ ਨੇ, ਪਰ ਜਿਹੜੀਆਂ ਡਰਪੋਕ ਕੌਮਾਂ ਹੁੰਦੀਆਂ ਉਹਨਾਂ 'ਚ ਨਾ ਤਾਂ ਯੋਧੇ ਪੈਦਾ ਹੁੰਦੇ ਨੇ, ਉਹਨਾਂ 'ਚ ਗਦਾਰ ਪੈਦਾ ਹੁੰਦੇ। ਅਸਲ 'ਚ ਜਿਵੇਂ ਰਾਜਨੀਤੀ ਵਿੱਚ ਵਿਸ਼ਵਾਸ ਮਾਰਦਾ ਯੋਧੇ ਨੂੰ ਗਦਾਰ ਮਾਰਦਾ, ਦੁਸ਼ਮਣੀ ਨੂੰ ਕਹਿੰਦੇ ਪਿਆਰ ਮਾਰਦਾ। ਮਤਲਬ ਜਿਹੜਾ ਕੋਈ ਯੋਧਾ ਸੂਰਮਾ ਉਹ ਕਿਸੇ ਤਰੀਕੇ ਨਾਲ ਸਿੱਧਾ ਤਾਂ ਡਾਇਰੈਕਟਲੀ ਤਾਂ ਮਰ ਨਹੀਂ ਸਕਦਾ, ਬਿਲਕੁਲ ਉਹ ਜੇ ਕੋਈ ਚੀਜ਼ ਜਨਮੀ ਆ ਤਾਂ ਉਹਨੇ ਅੰਤ ਵੀ ਹੋਣਾ ਨਾ, ਜਨਮ ਦੇ ਨਾਲ ਮੌਤ ਪਹਿਲਾਂ ਲਿਖੀ ਗਈ। ਬਿਲਕੁਲ ਉਹਨੇ ਕੋਈ ਪਰਮੇਸ਼ਰ ਦੀ ਵਿਧੀ ਆ, ਮਤਲਬ ਹੈ ਤਾਂ ਉਸੇ ਦੀ ਖੇਡ ਹੀ ਆ ਸਾਰੀ ਰਚਨਾ ਰਚੇ ਹੈ ਨਾ, ਵੀ ਜੇ ਕੋਈ ਮਤਲਬ ਉਹਦੇ ਫਿਰ ਗਦਾਰ ਵੀ ਪੈਦਾ ਹੋਇਆ। ਹੁਣ ਜੇ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗਿਆ, ਕੱਥੂ ਨੰਗਲੀ ਕੜੀ 'ਚ ਘੇਰਾ ਪਿਆ, ਕਿੰਨੇ ਚਿਰ ਘੇੜਾ ਪਿਆ ਰਿਹਾ, 7 ਮਹੀਨਿਆਂ ਦੇ ਕਰੀਬ, 8 ਮਹੀਨੇ ਕੋਈ ਕਿੰਨੇ ਲਿਖਦਾ ਹੈ ਨਾ, ਉਹਦੇ ਵਿੱਚੋਂ ਮਤਲਬ ਜੇ ਰਾਜ ਬਾਬਾ ਬੰਦਾ ਸਿੰਘ ਬਹਾਦਰ ਫੜੇ ਗਏ ਨੇ, ਕੁਛ ਸਿੱਖ ਜੇ ਮਤਲਬ ਸਾਈਡ 'ਤੇ ਹੋਏ ਸੀ ਆਪਦੀਆਂ ਫੌਜਾਂ ਲੈ ਕੇ ਨਿਕਲੇ ਨੇ, ਕੀ ਸੀ ਉਹ? ਬਿਲਕੁਲ। ਤਾਂ ਸੋ ਇਹ ਗੱਲਬਾਤ ਆ ਜਿਹੜੀ ਅਸੀਂ ਕਰ ਰਹੇ ਹਾਂ ਬਾਈ ਹੋਰਾਂ ਦੇ ਨਾਲ, ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ, ਕਿਉਂਕਿ ਅੱਜ ਅਸੀਂ ਇਸੇ ਹੀ ਕਿਤਾਬ ਦੇ ਉੱਪਰ ਜਿਹੜੀ ਚਰਚਾ ਗਈ ਜ਼ਿਆਦਾਤਰ ਕਰਾਂਗੇ। ਇਹ ਬਾਈ ਨੇ ਰਿਲੀਜ਼ ਕੀਤੀ ਆ, ਮਿਹਨਤ ਬਹੁਤ ਲੱਗਦੀ ਆ, ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹੁੰਦੇ ਹਾਂ ਕਿ ਜਦੋਂ ਵੀ ਕੋਈ ਮਿਲਦੇ ਹਾਂ ਜਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਉੱਦਾਂ ਬੈਠਦੇ ਹਾਂ ਢਾਣੀਆਂ 'ਚ ਜਾ ਕੇ, ਤਾਂ ਅਸੀਂ ਉਦੋਂ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਤਾਬਾਂ ਦੇ ਨਾਲ ਜੁੜੋ। ਇਸ ਦੇ ਉੱਪਰ ਬੜਾ ਸੋਹਣਾ ਜਿਹੜਾ ਕਿ ਕਲਮ ਵਾਹੀ ਗਈ ਆ, ਕਲਮ ਦੇ ਨਾਲ ਬੜਾ ਸੋਹਣਾ ਲਿਖਿਆ ਗਿਆ, ਤਾਂ ਅਸੀਂ ਬਾਈ ਤੋਂ ਇਹ ਵੀ ਪੁੱਛ ਲੈਂਦੇ ਕਿ ਕਿੰਨੇ ਦੀ ਕਿਤਾਬ ਆ, ਕਿੰਨਾ ਇਹਦਾ ਰੇਟ ਆ, ਕਿੱਥੋਂ ਮਿਲ ਸਕਦੀ ਹੈ ਬਾਈ, ਕਿਤਾਬ ਕਿੱਥੋਂ ਮਿਲ ਸਕਦੀ ਹੈ, ਕਿੰਨਾ ਰੇਟ ਆ, ਦਾ ਕੀ ਮਿਹਨਤ ਕਿੰਨੀ ਕੁ ਲੱਗੀ ਆ ਤੁਹਾਡੀ ਇਸ ਕਿਤਾਬ ਨੂੰ ਪਬਲਿਸ਼ ਕਰਨ ਦੇ ਵਿੱਚ? ਦੇਖੋ ਮਿਹਨਤ ਤਾਂ ਚਲੋ ਕਾਰਜ ਕਰਦਿਆਂ ਜਦੋਂ ਲੱਗਦੀ ਆ ਨਾ, ਮਤਲਬ ਲਿਖਣ 'ਚ ਵੀ ਮਿਹਨਤ ਲੱਗੀ, ਉਹ ਤੋਂ ਬਾਅਦ ਮਤਲਬ ਪਬਲਿਸ਼ ਕਰਵਾਉਣ 'ਤੇ, ਮਤਲਬ ਇਹਨੂੰ ਸੈੱਟ ਕਰਨ 'ਤੇ, ਕਿਹੜੀ ਚੀਜ਼ ਕਿੱਥੇ ਲਾਉਣੀ ਕਿਵੇਂ, ਕਾਫੀ ਸਮਾਂ ਲੱਗਾ। ਮਤਲਬ ਉਹ ਤੋਂ ਸਮਾਂ ਲੱਗਦਾ ਵੀ ਇਹ ਨੰਬਰ ਮੈਨਸ਼ਨ ਕਰ ਦਾਂਗੇ ਆਪਾਂ, ਸਪੀਡ ਪੋਸਟ ਹੋ ਜੂ, ਆਮ ਜਿਹੜਾ ਕੋਈ ਨਜ਼ਦੀਕੀ ਤੁਹਾਡਾ ਬੁੱਕ ਸਟੋਰ ਤਕਰੀਬਨ ਹਰ 'ਤੇ ਹੈਗੀ ਆ, ਜੇ ਫਿਰ ਵੀ ਮਤਲਬ ਇੱਕ ਆਪਾਂ ਅਕਾਊਂਟ ਦੇ ਦਾਂਗੇ, ਉਸ ਅਕਾਊਂਟ 'ਤੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਨੰਬਰ ਪਾ ਦਾਂਗੇ, ਉਹ ਨੰਬਰ 'ਤੇ ਮਤਲਬ ਫੋਨ ਕਰਕੇ ਮਤਲਬ ਸਪੀਡ ਪੋਸਟ ਹੋ ਜੂ ਹਰ ਜਗ੍ਹਾ, ਬਾਹਰ ਵੀ ਇੱਥੇ ਵੀ। ਤੁਸੀਂ ਤਾਂ ਉਸ ਏਰੀਏ 'ਚੋਂ ਰਹਿੰਦੇ ਹੋ ਜਿੱਥੇ ਦਸਵੇਂ ਪਾਤਸ਼ਾਹ ਨੇ ਆਖਰੀ ਦਿਨ ਗੁਜ਼ਾਰੇ ਨੇ, ਜਿੱਥੇ ਦੀਵਾਨ ਲਾਇਆ, ਕਿਹਾ ਗਿਆ ਕਿ ਇਹ ਪੁੱਤਰ ਨੇ ਕਿ ਅਸੀਸ ਪਰ ਬਾਰ ਦੀ ਇਸ ਚਾਰ ਵਜੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਅਜਿਹੇ ਵਚਨ ਹੋਏ ਨੇ ਉਸ ਧਰਤੀ ਦੇ ਉੱਪਰ, ਤੁਸੀਂ ਤਾਂ ਉਸ ਧਰਤੀ 'ਤੇ ਰਹਿੰਦੇ ਹੋ, ਅਤੇ ਜਿਹੜੀ ਕੌਮ ਆ, ਕੌਮ ਨੂੰ ਕੀ ਸੇਧ ਆ ਜਿਹੜੀ, ਜਾਂ ਕੀ ਅਪੀਲ ਆ ਜਿਹੜੀ ਉਹ ਕਰਨੀ ਚਾਹੋਗੇ ਜੇਕਰ ਆਪਾਂ ਗੱਲ ਕੀਤੀ ਜਾਵੇ? ਕਿਰਪਾ ਤਾਂ ਪਾਤਸ਼ਾਹ ਦੀ ਹੋਈ ਹੈ, ਉਸ ਮਤਲਬ ਧਰਤੀ 'ਤੇ ਇੰਨਾ ਟਾਈਮ ਬਾਦਸ਼ਾਹ ਰਹੇ ਨੇ, ਮਤਲਬ ਆਮ ਲਿਖਾਰੀ ਲਿਖਦੇ 9 ਮਹੀਨੇ 9 ਘੜੀਆਂ ਹੈ ਨਾ, ਪਰ ਵੀ ਸਾਲ ਤੋਂ ਉੱਪਰ ਰਹੇ ਨੇ, ਮਤਲਬ ਕਰੀ ਉਸ ਮਤਲਬ ਧਰਤੀ 'ਤੇ ਅਸਲ 'ਚ ਰਹੇ ਹਾਂ ਹੈ ਨਾ, ਕਿਰਪਾ ਤਾਂ ਪਾਤਸ਼ਾਹ ਦੀ ਹੁੰਦੀ ਆ। ਅਸਲ 'ਚ ਨਾ ਇੱਕ ਗੱਲ ਕੀ ਚੱਕਰ ਹੁੰਦੀ ਹੈ ਨਾ, ਜਿਹੜਾ ਰੌਲਾ ਗਾ ਮਤਲਬ ਰਾਜ ਸ਼ਾਹੀ ਰੌਲਾ, ਉਹ ਕਿਸ ਕਿਸ 'ਚ ਆਪਾਂ ਨੂੰ ਲੱਗਦਾ ਧਰਮ ਦਾ ਰੌਲਾ, ਅਸਲ 'ਚ ਧਰਮ ਦਾ ਰੌਲਾ ਨਹੀਂ, ਉਹ ਕੀ ਹੁੰਦਾ ਜਿਹੜੀ ਖਿੱਤੇ ਮਿੱਟੀ ਪੱਖੋਂ ਅਮੀਰ ਨੇ ਉਹ ਖਿੱਤੇ ਦਾ ਫਿਰ ਤਾਕਤ ਨਹੀਂ ਬਹੁਤ ਜ਼ਰੂਰੀ ਆ, ਬਿਲਕੁਲ ਨਹੀਂ ਤਾਂ ਸਮੇਂ ਸਮੇਂ ਬਾਹਰੀ ਤਾਕਤਾਂ ਤੁਹਾਡੀ ਮਤਲਬ ਆ ਕੇ ਕਬਜ਼ਾ ਕਰ ਲਿਆ। ਪੰਜਾਬ 'ਚ ਅਸਲ ਰੌਲਾ ਕੀ ਹੈ ਪੰਜਾਬ ਦਾ, ਨਾ ਪੰਜਾਬ ਕਦੇ ਦਿੱਲੀ ਦਾ ਹਿੱਸਾ, ਨਾ ਕਦੇ ਅਫਗਾਨ ਦਾ ਹਿੱਸਾ ਹੋਇਆ। ਜੇ ਆਪਾਂ ਪੁਰਾਣਾ ਤਾਂ ਅਸੀਂ ਚੱਕ ਕੇ ਦੇਖੀਏ, ਜਦੋਂ ਪੰਜਾਬ ਕੋਲ ਆਪਦਾ ਸੱਚ ਤਾਕਤ ਆਈ ਆ ਤਾਂ ਪੰਜਾਬ ਵਧਿਆ। ਜਿਹੜੇ ਯੋਧੇ ਸੂਰਮੇ ਕਿੱਥੇ ਪੈਦਾ ਹੁੰਦੇ ਨੇ, ਜਿਹੜੀ ਧਰਤੀ ਉਪਜਾਊ ਆ, ਅਸਲ 'ਚ ਕੀ ਪੰਜਾਬ ਦੀ ਧਰਤੀ ਚਾਹੀਦੀ ਆ, ਹੋਰ ਕੁਛ ਨਹੀਂ ਚਾਹੀਦਾ। ਮਤਲਬ ਪੰਜਾਬ ਅਤੇ ਕਸ਼ਮੀਰ ਨਾਲ ਕੀ ਰੌਲਾ, ਕਸ਼ਮੀਰ ਦੀ ਵੀ ਧਰਤੀ ਚਾਹੀਦੀ ਆ, ਉਹ ਵੀ ਧਰਤੀ ਉਪਜਾਊ ਆ। ਹੁਣ ਜੇ ਆਪਾਂ ਇਹ ਸੋਚ ਕੇ ਜੋ ਦਿੱਲੀ ਤਖ਼ਤ 'ਤੇ ਬੈਠਾ, ਚਾਹੇ ਮੁਗਲ ਬੈਠਾ, ਹਿੰਦੂ ਕੋਈ ਬੈਠਾ ਹੈ ਨਾ, ਜੇ ਪੰਜਾਬ 'ਚ ਵੀ ਉਸੇ ਤਰ੍ਹਾਂ ਦੇ ਲੋਕ ਆ ਜਾਣ, ਫਿਰ ਵੀ ਪੰਜਾਬ ਸ਼ਾਂਤੀ ਨਹੀਂ ਹੋਣੀ।
फिर भी मतलब पानी लुटना पंजाब का धरती लुटनी फिर भी नहीं हटना क्योंकि कारण कि चलो छोटी धरती नहीं बी पानी की गल करिए पंजाब के उपर आके हरेक चढ़ जाता कि पानी साढ़े आ पर जो हड़ आ उदों कला पंजाब चलता ये भी कितने कितने त्रासदी का विषय है ये असल च फिर सारी गल ही होंगे जो मतलब क्योंकि तुम तो ला के जुड़े इस करके मैं थोड़ा जहा सवाल कर लिया कि रिपेरियन ला की कहना है हाँ जी धरती का नुकसान होंगे कानून तो उही कह रहा मतलब आपको नहीं चाहिए पानी गल ये भी आप रखा कि कोई भी चीज़ सौबे रहा नहीं है ना उही गल तो सारी मुड़ घुट के एको जगह एको सेंटर से आँदी है ना दसवें पातशाह ने राज क्यों बख्शते सिखों जो आनंदपुर साहब बैठे दसवें पातशाह कह रहे थे सिखो मतलब तुम अफगान का राज लै लो पहाड़ का राज लै लो सृष्टि का राज लै लो सृष्टि का राज लै लो सारी सृष्टि का मतलब अपने सिख की कहते ना पातशाह सानू पंजाब चाहिए असल जो आप समय की नब्ज पढ़ीए जो समा चल रहा जरा मतलब दोहरा पढ़ते हैं आप अड़े सौ झड़े शरण पर इसो तरह है ना पूरी दुनिया से राज करने का सिख का कंसैप्ट है जो अपना प्रवास हो रहा ना इन्हें जो आप माड़े पॉजिटिव तरीके भी सोचिए तो मतलब कदे जे मतलब सो ये सोचो जे आप लाहौर तख्त लाहौर ना खुशदा अपन राज मिला रहा तो कि अपने कनेडा अमरीका जाते अपन को जानता से उत्थे हूँ किन्ने देशों अपने वह हो गए उत्थे मतलब इतों जाके कि मतलब लोग इंस्पायर होंगे अपने तो है ना किन्ने मतलब जो नौजवान ने उत्थे सिखी भी जुड़ते उ असल ये जरा राज है ना ये कल एक देश का एक खिते का नहीं पूरी सृष्टि के राज की गल करिए पातशाह ने बिल्कुल तो असी बई का बहुत बहुत धन्यवाद करा तो जाते जाते एक बार फिर जरा कि अपील भी करा कि किताब जरूर खरीदो क्योंकि इस बहुत कुछ आ कलमां तो तख्तों तक एडवोकेट गगनदीप सिंह बई ना गल करी सी कि तो असी उस एरिए तो आने क्योंकि बई का जोड़ा पिंड तख्त श्री दमदमा साहब के लागे रह जाता तलवंडी साहब वो नेड़े आ तो जेकर तुसी बई दे नाल संपर्क भी करना है तो बई का पिंड नवा पिंड आ तख्त श्री दमदमा साहब के लागे आ तो उत्थे जाके तुसी बई नूं मिल सकदे हो ज़्यादातर बई दे नाल जो फोन पर गल हुई तो कहिंदे असीं खेत हुंने आ खेत जाके तुसी बैठ सकदे हो काफ़ी जिहड़े कई कुदरत दे नाल प्यार करन वाले इंसान ने तो शायद इस करके असीं अज इन्हां दी ये इंटरव्यू करी आ इस करके असीं अज तुहाडे रूबरू कीता जे समां मिलिया तो इस तो बाद लम्मी विचार चर्चा होगी वो लम्मी विचार चर्चा पूरे पंजाब दे पूरे सिख राज दे ते पूरे उस कौमां ते होगी जिहड़ियां कौमां अपना राज भाग मानना चाहुंदियां ने तो तुसीं जुड़े रहना इंडोज़ टीवी दे नाल मेरे सहयोगी साथी सुखी दे नाल मैनूं हरजिंदर सिंह ढिल्लों दिओ जी इजाजत धन्नवाद।